ਜਿਵੇਂ ਅਸੀਂ ਕੈਮੀਕਲਸ ਯੂਜ਼ ਕਰ ਰਹੇ ਹਾਂ ਅਤੇ ਉਹਨਾਂ ਨੂੰ ਨਾ ਯੂਜ਼ ਕਰੀਏ, ਇਹਦੇ ਬਾਰੇ ਜੋ ਨੌਲੇਜ ਦਿੱਤੀ ਗਈ ਹੈ, ਮੈਨੂੰ ਲੱਗਦਾ ਅੱਜ ਦਾ ਸੈਮੀਨਾਰ ਇਟ ਵਾਜ਼ ਵਨ ਆਫ ਦ ਫਰੂਟਫੁਲ ਸੈਮੀਨਾਰ ਜੋ ਕਿ ਅੱਗੇ ਹੋਣੇ ਬਹੁਤ ਜ਼ਰੂਰੀ ਨੇ ਸਾਡੀ ਸੁਸਾਇਟੀ ਵਾਸਤੇ, ਤਾਂ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਆ ਸਕੇ। ਪਤਾ ਚਲੇਗਾ ਕਿ ਮਲਚਿੰਗ ਸੇ ਸੋਇਲ ਜੋ ਹੈ ਵੋ ਔਰ ਰਿਚ ਹੋ ਜਾਤੀ ਹੈ। ਉਸਕੇ ਅੰਦਰ ਹੀ ਹਮ ਪਿਛਲੇ ਸਾਲ ਮੇਰੀ ਜੋ ਮੂੰਗੀ ਥੀ ਆਧਾ ਖੇਤ ਖਰਾਬ ਚਲਾ ਗਿਆ ਥਾ, ਉਸਮੇ ਉਲੀ ਲੱਗ ਗਈ ਥੀ। ਮੈਨੇ ਬਹੁਤ ਕੁਛ ਤਬ ਕੋਸ਼ਿਸ਼ ਕਰੀ ਉਸਕੋ ਬਚਾਨੇ ਕੀ, ਪਰ ਵੋ ਨਹੀਂ ਬਚੀ। ਤੋ ਅਬ ਉਨ੍ਹੋਂਨੇ ਬਤਾਇਆ ਕਿ ਉਸਮੇ ਕੱਚੀ ਲੱਸੀ ਕਾ ਛਿਟਾ ਕਰ ਸਕਤੇ ਥੇ, ਜਬਕਿ ਕੱਚੀ ਲੱਸੀ ਪਿਛਲੇ ਸਾਲ ਵੀ ਮੈਨੇ ਬਹੁਤ ਯੂਜ਼ ਕਰੀ ਮੱਕੀ ਮੇ, ਮੁਝੇ ਅਗਰ ਪਤਾ ਹੋਤਾ ਕਿ ਇਸਮੇ ਉਲੀ ਮੇ ਨਿਕਲ ਜਾਏਗਾ ਉਸਸੇ, ਤੋ ਬਚਾ ਸਕਤੀ ਥੀ ਮੈਂ ਆਪਣੀ ਫਸਲ। It's a get together which is going to be very different. Why I'm using the word different? Because it's going to be with a purpose. ਜਾਂ ਇਹਦੇ ਵਿੱਚ ਅਸੀਂ ਕਿਚਨ ਗਾਰਡਨਿੰਗ 'ਤੇ ਬਹੁਤਾ ਜਿਹੜਾ ਸੀ ਉਹ ਜ਼ੋਰ ਦਿੱਤਾ ਆ ਕਿ ਅਸੀਂ ਘਰ ਦੇ ਵਿੱਚ ਸਬਜ਼ੀਆਂ ਕਿਵੇਂ ਪੈਦਾ ਕਰ ਸਕਦੇ ਹਾਂ, ਹਵਾ ਦੇ ਵਿੱਚ ਸਬਜ਼ੀਆਂ ਦਾ ਜਿਹੜਾ ਸਾਡੇ ਕੋਲ ਸਿਸਟਮ ਹੈਗਾ ਉਹਦੇ ਬਾਰੇ ਦੱਸਿਆ ਗਿਆ, ਔਰ ਜਿਹੜੀ ਸਾਡੀ ਫੂਡ ਵੈਲਿਊ ਆ, ਜਿਹੜਾ ਅਸੀਂ ਦੁੱਧ ਪੀ ਰਹੇ ਹਾਂ, ਪਨੀਰ ਖਾ ਰਹੇ ਹਾਂ, ਖੋਇਆ ਖਾ ਰਹੇ ਹਾਂ, ਬਾਜ਼ਾਰੀ ਆਈਟਮਾਂ ਜਿਹੜੀਆਂ ਪਰਚੇਜ ਕਰਕੇ ਸਬਜ਼ੀਆਂ ਖਾ ਰਹੇ ਹਾਂ, ਉਹਦੀਆਂ ਪ੍ਰੋਬਲਮ ਜਿਹੜੀਆਂ ਸੀ ਉਹ ਸਾਰੀਆਂ ਅਸੀਂ ਵਿਚਾਰ ਚਰਚਾ ਕੀਤੀ ਆ। ਇਟਸ ਵੈਰੀ ਰਿਕੁਆਇਰਡ ਕਿ ਅੱਜ ਅਸੀਂ ਆਪਣੇ ਘਰ ਦੀ ਜਿੰਨੀ ਰਿਕੁਆਇਰਮੈਂਟ ਉਸ ਹਿਸਾਬ ਨਾਲ ਅਗਰ ਸਬਜ਼ੀ ਘਰੇ ਉਗਾ ਸਕਦੇ ਹਾਂ, ਸਾਨੂੰ ਪੈਸਟੀਸਾਈਡ ਦਵਾਈ ਖਾਣ ਦੀ ਕੋਈ ਲੋੜ ਨਹੀਂ ਹੈ, ਜੋ ਹੈਲਥ ਬੈਨੀਫਿਟਸ ਜੋ ਅੱਜ ਦੱਸੇ ਗਏ ਆ, ਆਮ ਸੋ ਯੂ ਨੋ ਲਾਈਕ ਥੈਂਕਫੁਲ। Since it's neither revolution which could be stopped, but still there are measures what we were not aware of, which through we could stay fit and healthy by avoiding those adulterations. ਕੋਸ਼ਿਸ਼ ਕਰਾਂਗੇ ਕਿ ਘਰ ਜਾ ਕੇ ਜੋ ਜੋ ਮੈਂ ਤੋਂ ਸਿੱਖ ਕੇ ਜਾ ਰਹੀ ਹਾਂ ਅਤੇ ਉਹ ਜ਼ਰੂਰ ਕਰਕੇ ਵੀ ਦਿਖਾਵਾਂ। I want ki we should serve health on the table, jo apne bachcho ko health de, jo ki hum wahi kar sakte hain jo hamare ghar mein ug raha hai, hame pata hai ki hum kya usme dal rahe hain, ki pesticide spray nahi ho raha, organic hai aur wo health ke liye achcha hai।